ਜੀ ਗੁੱਡ ਮਾਰਨਿੰਗ ਸਾਰਿਆਂ ਨੂੰ, ਕਿਵੇਂ ਹੋ ਸਾਰੇ ਜਣੇ? ਠੀਕ ਠਾਕ ਹੋ? ਅਤੇ ਅੱਜ ਮੈਂ ਥੋੜ੍ਹਾ ਜਿਹਾ ਟਾਈਮ ਨਾਲ ਉੱਠ ਖੜਿਆ ਸੀ। ਮੈਂ ਸੋਚਿਆ ਵੀ ਸੁੱਖ ਨੂੰ ਚੱਲ ਮੈਂ ਨਾਲੇ ਤਾਂ ਦੁੱਧ ਗਰਮ ਕਰਕੇ ਦੇ ਦਾਂ ਅਤੇ ਨਾਲੇ ਮੈਨੂੰ ਆਂਡੇ ਬੋਇਲ ਕਰਕੇ ਦੇ ਦਾਂ, ਕਿਉਂਕਿ ਆਂਡੇ ਆਪ ਤਾਂ ਬੋਇਲ ਕਰਕੇ ਖਾਂਦੀ ਨਹੀਂ, ਮੈਨੂੰ ਕਰਕੇ ਦੇਣੇ ਪੈਂਦੇ ਆ। ਮੈਂ ਰੱਖਤੇ ਸੀ ਆਂਡੇ ਬੋਇਲ ਕਰਨੇ, ਸ਼ਾਇਦ ਇਹ ਉੱਬਲ ਗਏ ਹੋਣਗੇ। ਦੁੱਧ ਵੀ ਗਰਮ ਕਰ ਲਿਆ, ਕਿਉਂਕਿ ਇਹਨੂੰ ਹੁਣ ਕਿਹਾ ਹੋਇਆ ਡਾਕਟਰ ਨੇ ਵੀ ਮਤਲਬ ਕਿ ਤੂੰ ਆਪਦਾ ਪ੍ਰੋਟੀਨ ਵਗੈਰਾ ਪੂਰਾ ਫੁੱਲ ਲੈਣਾ ਗਾ। ਪਰ ਗੱਲ ਇਹ ਹੈ ਵੀ ਇਹ ਆਪਦੀ ਮਰਜ਼ੀ ਨਾਲ ਤਾਂ ਕੁਛ ਨਹੀਂ ਖਾਂਦੀ ਪੀਂਦੀ, ਇਹ ਇਹਨੂੰ ਧੱਕੇ ਨਾਲ ਖਵਾਉਣਾ ਪੈਂਦਾ। ਫਰੂਟ ਵੀ ਇਹਨੂੰ ਧੱਕੇ ਨਾਲ ਖਵਾਉਣਾ ਪੈਂਦਾ, ਇਹਨੂੰ ਆਂਡੇ ਵਗੈਰਾ ਧੱਕੇ ਨਾਲ ਖਵਾਉਣੇ ਪੈਂਦੇ ਆ, ਦੁੱਧ ਪਿਆਉਣਾ ਪੈਂਦਾ। ਇੱਕ ਇਹਦੇ ਵਿੱਚ ਇਹ ਮੈਡਮ ਨੇ ਦਿੱਤਾ ਹੋਇਆ ਗਾ ਪਾਊਡਰ, ਇਹ ਪੀਂਦੀ ਨਹੀਂ, ਫਿਰ ਇਹਨੂੰ ਇਹ ਧੱਕੇ ਨਾਲ ਪਿਆਉਣਾ ਪੈਂਦਾ। ਇਹ ਹੁਣ ਜ਼ਿੰਮੇਵਾਰੀ ਮੇਰੀ ਹੈ, ਕਿਉਂਕਿ ਅਸੀਂ ਹੁਣ ਦੋਨੇ ਹੀ ਰਹਿੰਦੇ ਹਾਂ ਨਾ। ਅਤੇ ਸੁੱਖਾ ਜੀ ਦੁਪਹਿਰੇ ਉਹ ਪੀ ਲਈ ਨਾਰੀਅਲ, ਤੂੰ ਪੀਂਦੀ ਨਹੀਂ, ਹੁਣ ਪੀਣਾ ਤਾਂ ਸਵੇਰੇ ਹੁੰਦਾ ਪਰ ਤੂੰ ਪੀਂਦੀ ਨਹੀਂ ਹੈ। ਇਹ ਕਹਿੰਦੀ ਹੁੰਦੀ ਆ ਮੈਨੂੰ ਨਾ ਬਾਟੀ 'ਚ ਦੁੱਧ ਪਾ ਕੇ ਦਿਆ ਕਰੋ, ਫਿਰ ਇਹਨੂੰ ਬਾਟੀ 'ਚ ਦੁੱਧ ਪਾ ਕੇ ਦੇਣਾ ਪੈਂਦਾ। ਵਿੱਚ ਲੋਕ ਕਮੈਂਟ ਬਹੁਤ ਕਰਦੇ ਆ, ਕਹਿੰਦੇ ਨੇ ਬਾਈ ਬਾਹਲੀ ਸੇਵਾ ਕਰਦਾ, ਬਾਈ ਬਾਹਲੀ ਸੇਵਾ ਕਰਦਾ। ਇਹੀ ਹਾਲਤ ਦੇ ਵਿੱਚ ਕਰਨੀ ਪੈਂਦੀ ਹੈ, ਕਿਉਂਕਿ ਅਸੀਂ ਹੁਣ ਦੋਨੇ ਆ ਇੱਥੇ, ਹੁਣ ਮੈਂ ਨਹੀਂ ਸੇਵਾ ਕਰੂੰਗਾ ਫਿਰ ਹੋਰ ਕਰੂੰਗਾ ਕੌਣ, ਹੈ ਨਾ। ਲਓ ਜੀ, ਸ਼ਿਕਾਇਤਾਂ ਨਹੀਂ ਲਗਾ ਰਿਹਾ ਸੀ ਮੈਂ, ਮੈਂ ਇਹ ਕਹਿ ਰਿਹਾ ਸੀ ਕਈ ਵਾਰ ਨਾ ਲੋਕ ਹੁੰਦੇ ਆ ਉਹ ਕਮੈਂਟ ਕਰ ਦਿੰਦੇ ਆ ਵੀ ਜਦੋਂ ਮੈਂ ਹੁਣ ਤੈਨੂੰ ਆਪਾਂ ਰੀਲ ਪਾਈ ਸੀਗੀ ਕੱਲ ਪਰਸੋਂ, ਫਰੂਟ ਵਾਲੀ ਜਿਹਦੇ ਵਿੱਚ ਮੈਨੂੰ ਮਤਲਬ ਕਿ ਫਰੂਟ ਕਹਿ ਰਹੇ ਤੇ ਵਿੱਚ ਕਮੈਂਟ ਕਰਕੇ ਕਹਿ ਰਹੇ ਨੇ, ਕਹਿੰਦੇ ਵੀ ਬਾਈ ਓਕੇ ਬਾਹਲੀ ਸੇਵਾ ਕਰਦਾ। ਹਾਂ, ਜਾਂ ਵਿੱਚ ਆਏ ਵੀ ਕਹਿ ਦਿੰਦੇ ਨੇ ਇਹ ਤਾਂ ਇਹਨੂੰ ਕੀ ਲੋੜ ਆ ਫਰੂਟਾਂ ਦੀ, ਤਾਂ ਪਹਿਲਾਂ ਹੀ ਭਾਰੀ ਹੈਗੀ ਹੈ ਨਾ, ਵੀ ਮੋਟੀ ਹੈਗੀ। ਮੈਂ ਇਹ ਵੀ ਗੱਲ ਪੜ੍ਹੀ ਹੈ ਨਾ ਵੀ ਫਰੂਟਾਂ ਨਾਲ ਬੰਦਾ ਕਦੇ ਮੋਟਾ ਨਹੀਂ ਹੁੰਦਾ, ਉਹਨਾਂ ਪਹਿਲੀ ਗੱਲ ਤਾਂ ਦੂਜੀ ਗੱਲ ਇਹ ਏਦਾਂ ਦੀ, ਹਾਂ ਇਹ ਟਾਈਮ ਹੀ ਏਦਾਂ ਦਾ ਹੁੰਦਾ। ਚਲੋ ਹੁਣ 5 ਸਾਲ ਹੋ ਗਏ ਸਾਡੇ ਵਿਆਹ ਨੂੰ, 5 ਸਾਲ ਹਰਜੀਤ ਦੀ ਸੇਵਾ ਮੈਂ ਹੀ ਕੀਤੀ ਹੈਗੀ, 5 ਸਾਲ। ਹਾਂ, ਜੇ ਹੁਣ ਆਪਾਂ ਜੇ ਦੇਖੋ ਹੁਣ ਅਸੀਂ ਰਹਿੰਦੇ ਆ ਘਰ ਤੋਂ ਬਾਹਰ, ਹਾਂ ਵੀ ਜੇ ਹੁਣ ਮੰਮੀ ਹੋਰੇ ਹੋਣ ਤਾਂ ਚਲੋ ਉਹ ਗੱਲ ਜੁਦਾ ਗਈ, ਹਨਾ। ਤੇ ਹੁਣ ਆਪਾਂ ਨਿੱਕੀ ਨਿੱਕੀ ਗੱਲ ਦੇ ਉੱਪਰ ਤਾਂ ਕੰਮ ਵਾਲੀ ਵੀ ਨਹੀਂ ਲਾ ਸਕਦੇ। ਸਹੀ ਗੱਲ ਆ ਵੀ ਅਸੀਂ ਆਪਾਂ ਫਾਲਤੂ ਦੇ ਕਿਸੇ ਨੂੰ ਉਹ ਕਰੀ ਜਾਈਏ, ਬਾਕੀ ਹਸਬੈਂਡ ਵਾਈਫ ਨੂੰ ਦੋਨਾਂ ਨੂੰ ਇਕੱਠਿਆਂ ਚੱਲਣਾ ਪੈਂਦਾ ਹੁੰਦਾ। ਜਦੋਂ ਇਕੱਠੇ ਕੰਮ ਕਰ ਸਕਦੇ ਤਾਂ ਇਕੱਠੇ ਉਹ ਵੀ ਮਤਲਬ ਆਪਦਾ ਖਾਣੇ ਪੀਣੇ ਦੇ ਵਿੱਚ ਵੀ ਹੈਲਪ ਕਰਵਾ ਸਕਦੇ। ਹੁਣ ਥੋੜ੍ਹੀ ਜਿਹੀ ਮੇਰੀ ਹਾਲਤ ਕੀ ਸੀ ਨਾ, ਹਰੇਕ ਦਾ ਅਲੱਗ ਅਲੱਗ ਹੁੰਦਾ ਵੀ ਮੇਰੇ ਨਾ 4 ਮੰਥ ਮੇਰੇ ਬਹੁਤ ਬੁਰੇ ਨਿਕਲੇ ਨੇ, ਕਿਉਂਕਿ ਮੇਰੇ ਨਾ ਕੁਛ ਨਹੀਂ ਸੀ ਪਚਦਾ ਹੁੰਦਾ ਵੀ ਮੇਰੇ, ਮੈਂ ਰੋਟੀ 'ਤੇ ਵੀ ਅੱਧੀ 'ਤੇ ਆ ਗਈ ਸੀਗੀ ਜਮਾਂ। ਹੁਣ ਜਾ ਕੇ ਥੋੜ੍ਹਾ ਜਿਹਾ ਮੈਂ ਠੀਕ ਹੋ ਗਈ। ਪਰ ਮੈਨੂੰ ਇਹ ਨਾਲ ਇੱਕ ਗੱਲ ਹੋਰ ਵੀ ਹੈ ਨਾ, ਜੇ ਤਾਂ ਮੈਂ ਇਹਨੂੰ ਕਰਕੇ ਦੇ ਦੂੰਗਾ ਇਹ ਆਂਡੇ ਉਂਡੇ ਬੋਇਲ, ਫਿਰ ਤਾਂ ਇਹ ਖਾ ਲੂਗੀ। ਦੁੱਧ ਵਗੈਰਾ ਪਿਆਉਣਾ ਪੈਂਦਾ ਵੀ ਦੁੱਧ ਪੀ ਤੂੰ ਆਂਡੇ ਖਾ, ਕਿਉਂਕਿ ਇਹ ਚੀਜ਼ ਪ੍ਰੋਟੀਨ ਤਾਂ ਜ਼ਰੂਰੀ ਆ, ਹਨਾ। ਮੈਡਮ ਨੇ ਦੱਸਿਆ ਹੋਇਆ ਵੀ ਹਾਂ ਵੀ ਇਹ ਚੀਜ਼ਾਂ ਖਾਇਆ ਕਰੋ, ਫਰੂਟ ਖਾਇਆ ਕਰੋ, ਸੈਲਡ ਖਾਇਆ ਕਰੋ। ਨਾਲੇ ਇੱਕ ਗੱਲ ਹੋਰ ਆ, ਜੇ ਆਹ ਟਾਈਮ ਦੇ ਵਿੱਚ ਔਖੇ ਟਾਈਮ ਦੇ ਵਿੱਚ ਹਸਬੈਂਡ ਨਹੀਂ ਸਾਥ ਦੇਊਗਾ ਤਾਂ ਹੋਰ ਕੌਣ ਦੇਊਗਾ, ਹਨਾ। ਵੀ ਇਹ ਤੁਸੀਂ ਥੋੜਾ ਜਿਹਾ ਸੋਚ, ਇਹ ਸੋਚਿਆ ਕਰੋ ਯਾਰ, ਇਹ ਕਾਮਨ ਸੈਂਸ ਵਾਲੀਆਂ ਗੱਲਾਂ ਹੁੰਦੀਆਂ ਨੇ, ਇਹ ਨਾ ਇਹ ਨਹੀਂ ਹੁੰਦੀਆਂ, ਹੁੰਦੀਆਂ ਗੱਲਾਂ ਵੀ ਸੇਵਾ ਕਰਦਾ, ਇਹ ਕਰਦਾ, ਉਹ ਕਰਦਾ, ਇਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ, ਇਹ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ ਵੀ ਯਾਰ। ਪਤਾ ਕੀ ਗੱਲ ਹੁੰਦੀ ਹੈ, ਇੱਕ ਦੂਜੇ ਦਾ ਸਾਥ ਦੇਣਾ ਪੈਂਦਾ ਹੁੰਦਾ। ਜਿਹੜੇ ਬੰਦੇ ਇਹ ਸੋਚ ਰੱਖਦੇ ਨੇ ਨਾ ਵੀ ਵੀ ਯਾਰ ਘਰ ਵਾਲੀ ਦੇ ਮੂਹਰੇ ਯਾਰ ਮੈਨੂੰ ਆਹ ਕਰਕੇ ਲੈ ਕੇ ਜਾਣਾ ਪਊ, ਉਹ ਘਟੀਆ ਸੋਚ ਹੁੰਦੀ ਹੈ। ਠੀਕ ਹੈ, ਜੇ ਬੰਦਾ ਠੀਕ ਠਾਕ ਹੋਵੇ ਤਾਂ, ਮੈਂ ਵੀ 5 ਸਾਲ ਕਦੇ ਰਸੋਈ 'ਚ ਨਹੀਂ ਵੜਿਆ।
ਮੈਨੂੰ ਮੈਨੂੰ ਕੁਛ ਬਣਾਉਣਾ ਵੀ ਨਹੀਂ ਆਉਂਦਾ। ਮੈਂ ਜਿਹੜੀ ਗੱਲ ਹੈ ਵੀ ਗੱਲ ਇਹ ਆ ਵੀ ਮੈਂ ਵੱਧ ਤੋਂ ਵੱਧ ਇੱਕ ਭੁਰਜੀ ਬਣਾ ਲੈਣਾ ਅੰਡਿਆਂ ਦੀ, ਹੋਰ ਤਾਂ ਮੈਂ ਕੁਛ ਬਣਾਉਣ ਨਹੀਂ ਜਾਣਦਾ, ਪਰ ਜਿੱਥੇ ਜਿੱਥੇ ਆਪਾਂ ਹੈਲਪ ਕਰ ਸਕਦੇ ਹਾਂ ਉੱਥੇ ਤਾਂ ਕਰਨੀ ਚਾਹੀਦੀ ਹੈ ਨਾ। ਹਾਂ ਹੁਣ ਕਈ ਵਾਰੀ ਜਦੋਂ ਮੈਂ ਜ਼ਿਆਦਾ ਟਾਈਮ ਖੜੀ ਰਹਿੰਦੀ ਮੇਰੇ ਪੈਰਾਂ 'ਤੇ ਵੀ ਸਵੈਲਿੰਗ ਆ ਜਾਂਦੀ ਆ, ਫਿਰ ਉਹਦਾ ਕਰਕੇ ਵੀ ਥੋੜ੍ਹਾ ਜਿਹਾ ਮੈਨੂੰ ਇਹ ਹੁੰਦਾ ਹੁਣ ਬਸ ਸੋਚਿਆ ਕਰੋ ਥੋੜ੍ਹਾ ਜਿਹਾ। ਹਾਂ ਬਸ ਆ ਹੁਣ ਅਸੀਂ ਅਗਲੇ ਮਹੀਨੇ ਤੋਂ ਬਾਅਦ ਵਿੱਚ ਬਸ ਘਰੇ ਚੱਲ ਜਾਵਾਂਗੇ, ਫਿਰ ਕੋਈ ਪ੍ਰੋਬਲਮ ਨਹੀਂ, ਫਿਰ ਤੁਹਾਨੂੰ ਵੀ ਨਹੀਂ ਐਂ ਲੱਗਣਾ ਹੈਗਾ ਵੀ ਅਰਜੀਤ ਐਂ ਕਰਦਾ ਕਿ ਮੇਰੇ ਮੰਮੀ ਹੋਰੇ ਆਉਣਗੇ ਕੋਲੇ, ਹੈ ਨਾ। ਫਿਰ ਇਹ ਚੀਜ਼ਾਂ ਤਾਂ ਹੁੰਦੀਆਂ ਹੀ ਨਹੀਂ ਆ, ਤੇ ਹੁਣ ਚੱਲ ਜੇ ਹੈਲਪ ਕਰ ਵੀ ਦਿੰਦੇ ਤਾਂ ਪਲੀਜ਼ ਇੱਦਾਂ ਨਾ ਬੋਲਿਆ ਕਰੋ, ਕਮੈਂਟ ਨਾ ਕਰਿਆ ਕੋਈ ਵੀ ਨਾ, ਕੋਈ ਵੀ ਕਰਦਾ ਯਾਰ। ਹਾਂ ਵੀ ਕੋਈ ਵੀ ਆਊਗਾ, ਫਿਰ ਕਿੱਡੀ ਗੱਲ ਹੁੰਦੀ ਹੈ, ਚਲੋ ਆਪਣੇ ਘਰੇ ਵੀ ਤਾਂ ਇਹੋ ਜਿਹੀ ਹਾਲਤ ਆਉਂਦੀ ਹੈ ਸਾਨੂੰ ਸਾਰਿਆਂ ਨੂੰ ਪਤਾ, ਹੈ ਨਾ, ਤੇ ਵੀ ਇਹ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਹੀ। ਤੇ ਬਾਕੀ ਥੋੜਾ ਜਿਹਾ ਮੈਨੂੰ ਮੇਰੀ ਇਹ ਪਹਿਲਾਂ ਤੋਂ ਯਾਦ ਤਾਂ ਸ਼ੁਰੂ ਤੋਂ ਯਾਦ ਤਾਂ ਵੀ ਮੇਰੇ ਤੋਂ ਖੁਦ ਚੱਕ ਕੇ ਚੀਜ਼ ਨਹੀਂ ਖਾ ਹੁੰਦੀ ਗੀ, ਤੇ ਉੱਥੇ ਘਰੇ ਵੀ ਮੈਨੂੰ ਮੰਮੀ ਜੇ ਦਵਾਈ ਦੇ ਦਿੰਦੇ ਸੀ ਜਾਂ ਕੋਈ ਚੀਜ਼ ਦੇ ਦਿੰਦੇ ਸੀ ਮੈਂ ਖਾ ਲੈਂਦੀ ਸੀ, ਨਹੀਂ ਮੈਂ ਨਹੀਂ ਚੱਕ ਕੇ ਖਾ ਹੁੰਦੀ ਚੀਜ਼। ਪਰ ਥੋੜਾ ਜਿਹਾ ਨਾ ਸੋਚ ਸਮਝ ਕੇ ਬੋਲਿਆ ਕਰੋ, ਚੱਲ ਬਾਕੀ ਦਾ ਆਪਾਂ ਸਾਰਿਆਂ ਨੂੰ ਬਦਲ ਨਹੀਂ ਸਕਦੇ। ਹਾਂ ਤੇ ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉਹਨਾਂ ਬਾਹਲਾ ਟਾਈਮ ਹੋ ਗਿਆ ਸੀ, ਸਵੇਰੇ ਬ੍ਰੇਕਫਾਸਟ ਤਾਂ ਕਰ ਲਿਆ, ਚਲੋ ਮੈਂ ਕਿਹਾ ਹੁਣ ਰੋਟੀ ਬਣਾ ਲਈਏ, ਫਿਰ ਬਾਹਲਾ ਟਾਈਮ ਔਖਾ ਵੀ ਹੋ ਜਾਂਦਾ ਭੁੱਖੇ ਰਹਿਣਾ, ਹੈ ਨਾ। ਤੇ ਸੱਚ ਹਰਜੀ ਤਾਂ ਮੈਂ ਤੁਹਾਨੂੰ ਸਵੇਰੇ ਸਵੇਰੇ ਐਂ ਦੱਸਣਾ ਭੁੱਲ ਗਈ ਵੀ ਦਹੀਂ ਮੁੱਕੀ ਪਈ ਨਹੀਂ, ਤੇ ਫਿਰ ਮੈਨੂੰ ਪਹਿਲਾਂ ਨਹੀਂ ਯਾਦ ਕਰਾਇਆ, ਮੈਂ ਹੁਣੇ ਹਲੇ ਦੁੱਧ ਲੈ ਕੇ ਆਇਆ ਥੋੜਾ ਟਾਈਮ ਪਹਿਲਾਂ, ਮੇਰੇ ਨਾ ਦਿਮਾਗ 'ਚ ਨਹੀਂ ਰਹੀ ਗੱਲ, ਮੈਂ ਨਾ ਹੁਣੇ ਫਰਿੱਜ ਦੇਖਿਆ ਖੋਲ ਕੇ, ਮੈਨੂੰ ਐਸ ਕਿਤੇ ਪਈ ਆ, ਉਹ ਤਾਂ ਰਾਤ ਫਿਰ ਸਾਰੀ ਖਾ ਲਈ ਸੀ। ਇਹ ਫਿਰ ਗਲਤ ਗੱਲਾਂ ਨੇ, ਹੁਣ ਤੈਨੂੰ ਐਂ ਲੱਗਦਾ ਵੀ ਮੈਂ ਤਾਂ ਗੇੜੇ ਲਵਾਈ ਚੱਲਾਂ ਹੈ, ਮੇਰੇ ਸਿਰੇ ਗੇੜੇ ਵੀ ਹੁਣ ਤੁਸੀਂ ਲਾਇਆ ਕਰੋ। ਅੱਛਾ ਮੈਂ ਭੁੱਲ ਗਈ ਸੱਚੀ, ਮੇਰੇ ਦਿਮਾਗ 'ਚ ਨਾ, ਹੁਣ ਐਂ ਕਰੋ ਮੈਂ ਉਹਨਾਂ 'ਚ ਰੋਟੀ ਲਾਉਣੀ ਤੁਹਾਡੇ ਆਉਂਦਿਆਂ ਨੂੰ, ਤੁਸੀਂ ਦਹੀਂ ਲੈ ਕੇ ਆਓ। ਠੀਕ ਹੈ, ਸੁੱਖ ਨਾ ਬਈ, ਪਹਿਲਾਂ ਕਈ ਦਿਨ ਹੋ ਗਏ ਨਾ ਇਹ ਲੱਗੀ ਪਈ ਸੀਗੀ, ਕਹਿੰਦੀ ਵੀ ਆਪਣਾ ਕੀ ਕਹਿੰਦੇ ਹੁੰਦੇ ਆ, ਕਹਿੰਦੀ ਬਿਸਕੁਟ ਖਾਣੇ ਆ, ਕਹਿੰਦੀ ਕੋਧਰੇ ਵਾਲੇ ਬਿਸਕੁਟ ਅਸੀਂ ਬਈ ਲੈਣ ਵਗ ਗਏ ਜਦੋਂ ਉੱਥੇ, ਉਹਨਾਂ ਕੋਲੇ ਪੁੱਛਿਆ ਅਸੀਂ, ਉਹ 50 ਰੁਪਏ ਕਿਲੋ, ਕਹਿੰਦੀ ਸੁੱਖ ਉਹ 250 ਗ੍ਰਾਮ 250 ਗ੍ਰਾਮ ਕਹਿੰਦੀ ਸੀ। ਤੇ ਮੈਂ ਇਹਨੂੰ ਆਖਿਆ ਮਹਾਂ ਆਪਾਂ ਕੋਧਰੇ ਵਾਲੇ ਬਿਸਕੁਟ ਨਾ ਘਰੇ ਬਣਾ ਲੈਂਦੇ ਆ, ਤੇ ਅਸੀਂ ਆਹ ਨਾ ਕੋਧਰੇ ਦੇ ਮਤਲਬ ਕਿ ਉਹਦਾ ਆਪਣਾ ਬੇਸਣ ਨੂੰ ਮਿਕਸ ਕਰਕੇ ਸ਼ੱਕਰ ਪਵਾ ਕੇ ਵਿੱਚ ਬਣਵਾਏ ਸੀਗੇ, ਤੇ ਮੈਨੂੰ ਲੱਗਦਾ ਨਹੀਂ ਵੀ ਸੁੱਖ ਨੇ ਇਹ 2-3 ਦਿਨ ਵੀ ਖਾਧੇ ਹੋਣਗੇ, ਮਤਲਬ ਗਿਣਵੇਂ 10 ਬਿਸਕਿਟ ਵੀ ਨਹੀਂ ਖਾਧੇ ਨੇ, ਤੇ ਇਹ ਐਵੇਂ ਜਿਹੇ ਕਰੀ ਪਏ ਨੇ, ਇਹ ਤਾਂ ਫਿਰ ਗਲਤ ਗੱਲਾਂ ਨੇ ਨਾ ਸੁੱਖ। ਮੈਨੂੰ ਤਾਂ ਠੀਕ ਲੱਗਦੇ ਨੇ, ਪਰ ਜਿਹੜੀ ਗੱਲ ਇਹ ਵੀ ਬਣਵਾਏ ਕਿਹਨੇ ਸੀ, ਵਧੀਆ ਲੱਗਦੇ ਮੈਨੂੰ। ਅੱਜ ਬਣਾ ਜਾਂਦੇ ਸੀ ਭਿੰਡੀਆਂ, ਮੈਨੂੰ ਲੱਗਦਾ ਵੀ ਅਸੀਂ ਪੂਰੀਆਂ ਗਰਮੀਆਂ ਦੀ ਬਣਾਈਆਂ ਹੈਗੀਆਂ, ਪਹਿਲੀ ਵਾਰੀ ਬਣਾਈਆਂ, ਅੱਜ ਅਸੀਂ ਭਿੰਡੀ ਪਹਿਲੀ ਵਾਰ ਬਣਾਈ ਹੈ ਕਿਉਂਕਿ ਹੁਣ ਮੌਸਮ ਦਾ ਫਰਕ ਸੀਗਾ, ਕਿਉਂਕਿ ਇੱਕ ਬਾਕੀ ਐਵੇਂ ਨਾ ਉਹਦੇ ਨਾਲ ਬਾਹਲੀ ਜ਼ਿਆਦਾ ਗਰਮੀ ਸੀ ਤੇ ਨਹੀਂ ਬੈਠਦੀਆਂ ਹੈਗੀਆਂ, ਫਿਰ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਹੈ ਤਾਂ ਕਰਕੇ ਫਿਰ ਅਸੀਂ ਬਣਾ ਲਈਆਂ। ਹਾਂ ਸੁੱਖ ਬਣਾਉਂਦੀ ਹੁੰਦੀ ਹੈ, ਟੇਸਟੀ ਹੀ ਬਣਾਉਂਦੀ ਹੁੰਦੀ ਹੈ, ਕਰੀਏ ਕੀ, ਸਬਜ਼ੀਆਂ ਮਹਿੰਗੀ ਵਾਲੀਆਂ ਹੋ ਗਈਆਂ ਪੰਜਾਂ ਨੇ ਕਿਹਾ, ਆ ਕੱਦੂ ਹੁਣ ਮੁੜਿਆ 100 ਰੁਪਏ ਤੋਂ, ਫਿਰ ਹੁਣ ਆਪਣੇ ਵੀ ਲੱਗਣ ਲੱਗ ਗਏ ਨੇ ਖੇਤ, ਉਹੀ ਤਾਂ ਗੱਲ ਆ ਵੀ ਹੁਣ ਖੇਤ ਡੈਡੀ ਕਹਿੰਦੇ ਇੰਨੇ ਇੰਨੇ ਲੱਗਣ ਲੱਗ ਗਏ, ਹੈ ਨਾ, 13-14 ਕੱਦੂ ਲੈ ਜਾਂਦੇ ਰੋਜ਼, ਤੇ ਪਹਿਲਾਂ 100 ਰੁਪਏ ਦਾ ਕੱਦੂ, 100 ਰੁਪਏ ਕਿਲੋ ਕੱਦੂ, ਇਸ ਵਾਰ ਫਰੂਟ ਵੀ ਮਹਿੰਗੇ ਆ ਤੇ ਇਸ ਵਾਰ ਸਬਜ਼ੀ, ਫਰੂਟ ਦਾ ਕੋਈ ਕਹਿਣ ਦੀ ਗੱਲ ਨਹੀਂ, ਤੇ ਅਮਰੂਦ 50-60 ਰੁਪਏ ਕਿਲੋ ਹੁੰਦੇ, ਤੇ ਹੁਣ 120 ਰੁਪਏ ਹੋਏ ਪਏ, 120-150 ਵੀ ਦੇਈ ਜਾਂਦੇ ਵਿੱਚ, ਦੇਈ ਜਾਂਦੇ ਨੇ, ਸਹੀ ਗੱਲ ਹੈਗੀ, ਅੰਬ ਦਾ ਸੀਜ਼ਨ ਚੱਲ ਗਿਆ, ਉਹਦਾ ਕਰਕੇ ਪਹਿਲਾਂ ਲੋਕ ਅੰਬ ਜ਼ਿਆਦਾ ਲੈਂਦੇ ਸੀ, ਉਹਦਾ ਕਰਕੇ ਹੁਣ ਫਰੂਟ ਸਾਰੇ ਮਹਿੰਗੇ ਹੋਣਗੇ। ਨਾਰੀਅਲ ਉਹ ਕਰ ਰਹੇ ਹੋ, ਕੱਲ ਵਾਲਾ ਜਿਹੜਾ ਨਾਰੀਅਲ ਸੀਗਾ ਉਹਦੇ ਵਿੱਚ ਸਿਰਫ 2 ਘੁੱਟਾਂ ਪਾਣੀ ਦੇ ਨਿਕਲੀਆਂ ਨੇ, ਉਹ ਪੱਕ ਗਿਆ ਸੀਗਾ ਥੋੜਾ ਜਿਹਾ, ਉਹਦੇ ਵਿੱਚੋਂ ਫਿਰ ਆਪਾਂ ਵੱਢ ਲਿਆ, ਤੁਸੀਂ ਨਾ ਥੋੜਾ ਜਿਹਾ ਇਹਨੂੰ ਨਾ ਜਿਹੜਾ ਹਰਾ ਜਿਹਾ ਹੁੰਦਾ ਥੋੜਾ ਜਿਹਾ ਉਹ ਲੈ ਕੇ ਆਇਆ ਕਰੋ, ਤੁਸੀਂ ਇਹ ਨਹੀਂ ਦੇਖਦੇ, ਇਹ ਕਿਰਿਆ ਹੋਇਆ ਚੱਕ ਲੈਂਦੇ, ਉਹਦੇ ਵਿੱਚ ਖੋਪਾ ਹੀ ਖੋਪਾ ਬਣਿਆ ਪਿਆ ਸੀਗਾ,
ਸੱਚੀ ਦੋ ਘੁੱਟਾਂ ਨਿਕਲੀਆਂ ਨੇ ਜਮੀ ਹਰਜੀਤ ਉੱਥੇ ਉੱਥੇ 15-15 ਦਿਨਾਂ ਦੇ ਪਏ ਹੁੰਦੇ ਆ ਮੈਨੂੰ ਤਾਂ ਲੱਗਦਾ ਨਿਕਲੂ ਇਹ ਚ ਕੁਛ ਅੱਜ ਅੱਧੇ ਤੋਂ ਵੱਧ ਥੱਲੇ ਡੋਲ ਦੋਗੇ ਤੁਸੀਂ ਕੱਲ ਤਾਂ ਜਮੀ ਦੋ ਘੁੱਟਾਂ ਨਿਕਲੀਆਂ ਸੀ ਅੱਜ ਦੇਖੋ ਅੱਜ ਵੀ ਦੋ ਭਰ ਜਾ ਗਲਾਸ ਦਾ ਭਰ ਜਾ ਕੱਚ ਦਾ ਗਾ ਇਹ ਤਾਂ ਨਿੱਕਾ ਜਿਹਾ ਗਲਾਸ ਆ ਅੱਜ ਵੀ ਤਾਂ ਇੰਨਾ ਕੀ ਨਿਕਲਿਆ ਨਾਰੀਅਲ ਕਿੰਨਾ ਵੱਡਾ ਦੇਖੀ ਦੇਖੀ ਨਾਰੀਅਲ ਦੇਖੀ ਇਹ ਬਈ ਪੱਕੇ ਪਏ ਨੇਗੇ ਪਾਣੀ ਨਿਕਲਿਆ ਇੰਨਾ ਦੇਖ ਲਓ ਜਿਵੇਂ ਲਾਈਵ ਦਿਖਾਇਆ ਤੁਹਾਨੂੰ ਇੰਨਾ ਵੱਡਾ ਨਾਰੀਅਲ ਆਪ ਤਾਂ ਆ ਗਏ ਜਨਾਬ ਛੱਤ ਤੇ ਹੈ ਕੀ ਕਰੀ ਜਾਂਦੇ ਹੋ ਹੈ ਕਿੱਡੀ ਸੋਹਣੀ ਹਵਾ ਚੱਲੀ ਜਾਂਦੀ ਹੈ ਹਨਾ ਆਹ ਅਮਰੂਦ ਖਾਧੇ ਨੀ ਅੱਛਾ ਇੰਨੀ ਫਿਕਰ ਅੱਛਾ ਜੀ ਵਧੀਆ ਲੱਗਦਾ ਛੱਤ ਤੇ ਆ ਕੇ ਹਰਜੀਤ ਉੱਪਰ ਨਾ ਹਵਾ ਬੜੀ ਸੋਹਣੀ ਚੱਲੀ ਜਾਂਦੀ ਹੈ ਹਨਾ ਕਿੰਨਾ ਸੋਹਣਾ ਮੌਸਮ ਹੋਇਆ ਪਿਆ ਹੁਣ ਆਪਾਂ ਛੱਤ ਤੇ ਵਧੀਆ ਬੈਠਾਂਗੇ ਇੱਥੇ ਘੰਟਾ ਦੇਖ ਕੇ ਚੀਰਿਓ ਕਿਤੇ ਕੋਈ ਕਾਣਾ ਨਾ ਹੋਵੇ ਚਿਕਨ ਖਾਧਾ ਜਾਂਦਾ ਫਿਰ ਉਹ ਵੀ ਹੋਊਗਾ ਬੇਚਾਰਾ ਹਾਏ ਅੱਖੀ ਦੇਖ ਕੇ ਤਾਂ ਨਹੀਂ ਖਾਧੇ ਜਾਂਦੇ ਸੁੰਡ ਹੁਣ ਉਹ ਇਹਦਾ ਮੁਰਦਾ ਵਰਗੀ ਹੁੰਦੇ ਪਤਾ ਨਹੀਂ ਲੱਗਦਾ ਹਾਏ ਨਹੀਂ ਸੀਗੀ ਅੱਜ ਆਲੂ ਮਟਰਾਂ ਦੀ ਸਬਜ਼ੀ ਅਤੇ ਹੁਣ ਰੋਟੀ ਪਾ ਲਈ ਆਪਾਂ ਅਤੇ ਹੁਣ ਕਰਦੇ ਹਾਂ ਡਿਨਰ ਅਤੇ ਸੁੱਖ ਨੇ ਬਣਾਇਆ ਸੀ ਅੱਜ ਆਲੂ ਮਟਰ ਆਲੂ ਮਟਰ ਲਿਆ ਮੈਂ ਨਾ ਮਤਲਬ ਪਿਆਰ ਜਿਹੇ ਨਾਲ ਸਬਜ਼ੀ ਬਣਾਉਣੀ ਹੈ ਮੈਂ ਅੱਕ ਕੇ ਜੇ ਨਹੀਂ ਬਣਾਉਂਦੀ ਹੈਗੀ ਸਬਜ਼ੀ ਮੈਨੂੰ ਐਂ ਹੁੰਦਾ ਵੀ ਜਦੋਂ ਖਾਣੀ ਹੈ ਫਿਰ ਵਧੀਆ ਪਿਆਰ ਜੇ ਨਾਲ ਬਣਾਓ ਹੈ ਨਾ ਸਹੀ ਗੱਲ ਹਾਂ ਇੱਕ ਮੇਰੇ ਤੋਂ ਚੀਜ਼ ਘੱਟ ਨਹੀਂ ਬਣਦੀ ਹੈਗੀ ਕੀ ਕਰੀਏ ਅਸੀਂ ਦੋ ਜਾਣੇ ਹੈ ਨਾ ਸਾਨੂੰ ਇੰਨੀ ਸਬਜ਼ੀ ਨਹੀਂ ਮੁੱਕਦੀ ਸਾਡੇ ਕੋਲ ਹਰ ਰੋਜ਼ ਬਚਦੀ ਹੈ ਸਬਜ਼ੀ ਹਰ ਰੋਜ਼ ਇੱਕ ਬਾਟੀ ਸਬਜ਼ੀ ਦੀ ਬਚ ਜਾਂਦੀ ਸਾਡੇ ਕੋਲੇ ਫਿਰ ਸਬਜ਼ੀ ਤਾਂ ਉਨੀ ਬਣਾਉਣੀ ਪੈਂਦੀ ਹੈ ਲਿਆਉਣੀ ਪੈਂਦੀ ਹੈ ਜਿੰਨੀ ਫਿਰ ਉਹ ਰੱਖਾਂਗੇ ਤਾਂ ਖਰਾਬ ਹੋ ਜੂਗੀ ਸਹੀ ਗੱਲ ਹੈਗੀ ਪਰ ਮੈਂ ਕਈ ਵਾਰੀ ਫਿਰ ਐਂ ਕਰਦੀ ਹਾਂ ਜਦੋਂ ਜ਼ਿਆਦਾ ਬਚ ਜਾਂਦੀ ਫਿਰ ਮੈਂ ਨਾ ਰੋਟੀਆਂ 'ਚ ਪਾ ਦਿੰਦੀ ਹਾਂ ਅਗਲੇ ਦਿਨ ਸਵੇਰੇ ਕੁਛ ਰੱਖ ਦਿੰਦੀ ਹਾਂ ਕੁਛ ਅਗਲੇ ਦਿਨ ਰੋਟੀਆਂ 'ਚ ਪਾ ਦਿੰਦੀ ਹਾਂ ਫਿਰ ਹੋਰ ਕੀ ਕਰੀਏ ਹੈ ਨਾ ਸਿੱਖਣੀ ਤਾਂ ਹੈ ਨਹੀਂ ਚਲੋ ਠੀਕ ਆ ਅਸੀਂ ਖਾਂਦੇ ਹਾਂ ਖਾਣਾ ਹੁਣ ਮਿਲਾਂਗੇ ਤੁਹਾਨੂੰ ਅਸੀਂ ਅਗਲੇ ਵਲੌਗ ਦੇ ਵਿੱਚ ਨੈਕਸਟ ਵਲੌਗ ਦੇ ਵਿੱਚ ਤੱਕ ਲਈ ਬਾਏ ਬਾਏ ਸਾਰਿਆਂ ਨੂੰ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਰੇ ਜਣੇ ਹਾਂਜੀ